ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਿਵਾਦਿਤ ਬਿਆਨਾਂ ਤੋਂ ਬਾਅਦ ਇੱਕ ਹੋਰ ਕਾਂਗਰਸੀ ਵਿਧਾਇਕ ਨੇ ਵਿਵਾਦ ਖੜਾ ਕਰ ਦਿੱਤਾ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਇੱਕ ਸਮਾਗਮ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ 'ਚ ਕੈਪਟਨ ਸਰਕਾਰ ਦੇ ਕਾਰਜਕਾਲ ਨੂੰ ਢਿੱਲਾ ਮੱਠਾ ਕਰਾਰ ਦਿੱਤਾ। ਵਿਧਾਇਕ ਲਾਡੀ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਆਉਂਦੇ ਕੁਝ ਮਹੀਨਿਆਂ 'ਚ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਦੇ ਰੂਪ 'ਚ ਮਿਲ ਸਕਦਾ ਹੈ। ਤੁਸੀਂ ਵੀ ਸੁਣੋ ਕਾਂਗਰਸੀ ਵਿਧਾਇਕ ਦਾ ਇਹ ਭਾਸ਼ਣ। ਰਾਸ਼ਟਰ ਨੂੰ ਬਣਿਆ 2 ਸਾਲ ਹੋ ਗਏ ਨੇ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਪੰਜਾਬ ਦੇ ਵਿੱਚ ਭਾਵੇਂ ਸਾਡੇ 2 ਸਾਲ ਢਿੱਲੇ ਮਿੱਠੇ ਗਏ ਨੇ, ਲੇਕਿਨ ਕੱਲ ਦੀ ਜਿਹੜੀ ਮੀਟਿੰਗ ਸੀ ਤੁਸੀਂ ਮੀਡੀਆ ਰਾਹੀਂ ਦੇਖਿਆ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਉਸ ਮੀਟਿੰਗ ਦੇ ਵਿੱਚ, ਇਸ ਤਰ੍ਹਾਂ ਚਾਹੇ ਉਹ ਮੁਲਾਜ਼ਮਾਂ ਦੀਆਂ ਮੰਗਾਂ ਸਨ, ਸਾਡੇ ਕਿਸਾਨ ਵੀਰਾਂ ਦੇ ਗੰਨੇ ਦੀ ਪੇਮੈਂਟ ਸੀ, ਚਾਹੇ ਮਜ਼ਦੂਰਾਂ ਦੇ ਬਿਜਲੀ ਦੇ ਗਰੀਬ ਪਰਿਵਾਰਾਂ ਦੇ ਬਿੱਲਾਂ ਦੀ ਗੱਲ ਸੀ, ਜਾਂ ਹੋਰ ਜਿਹੜੇ ਪੰਜਾਬ ਦੇ ਵਿਕਾਸ ਕੰਮਾਂ ਨੂੰ ਜਿਹੜੀ ਖੜੋਤ ਆਈ ਸੀ ਉਹਨੂੰ ਚੰਗੇ ਢੰਗ ਦੇ ਨਾਲ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਔਰ ਸਾਰੇ ਜਿਹੜੇ ਮਾਝੇ ਦੇ ਸਾਡੇ MLA ਮੰਤਰੀ ਸਾਹਿਬ ਹੈ ਉੱਥੇ ਬੈਠੇ ਸਨ। ਇੱਕ ਵਾਰੀ ਪਤਾ ਲੱਗ ਗਿਆ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿੰਨੀਆਂ ਵੀ ਉੱਥੇ ਮੰਗਾਂ ਰੱਖੀਆਂ ਨੇ ਉਹ ਵਾਕਿਆ ਹੀ ਤਰੀਫੇ ਕਾਬਲ ਸੀ ਕਿ ਸਾਰੇ ਲੋਕ ਇਸ ਗੱਲ ਨੂੰ ਖੁਸ਼ੀ ਮਹਿਸੂਸ ਕਰ ਰਹੇ ਸੀ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਨੇ ਜੋ ਪੰਜਾਬ ਦੀਆਂ ਜਿਹੜੀਆਂ ਕਿ ਠੰਡੇ ਬਸਤੇ 'ਚ ਮੰਗਾਂ ਸਨ ਉਹਨੂੰ ਅੱਜ ਉਜਾਗਰ ਕੀਤਾ। ਸੋ ਅਸੀਂ ਸਾਰੇ ਵਧਾਈ ਦੇ ਪਾਤਰ ਹੈ ਕਿ ਸਾਡੇ ਕੋਲ ਏਡਾ ਹੋਣਹਾਰ ਤੇ ਸੂਝਵਾਨ ਲੀਡਰ ਹੈ ਜੋ ਕਿ ਪੂਰੇ ਪੰਜਾਬ ਨਹੀਂ ਪੂਰੀ ਦੁਨੀਆ ਦੇ ਅੱਜ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਨਾਂ ਹੈ। ਸੋ ਮੈਂ ਪਿਛਲੇ ਦਿਨੀ ਬਾਜਵਾ ਸਾਹਿਬ ਮੈਂ ਬੰਬੇ ਗਿਆ ਜੀ, ਅੱਜ ਤੇ ਪੰਡੋਰੀ ਵਾਲੇ ਵੀ ਬੈਠੇ ਹੋਣੇ ਨੇ, ਹੋਰ ਨੰਗਲ ਵਾਲੇ ਵੀ ਸਾਡੇ ਪੇਰੋ ਸ਼ਾਹ ਤੋਂ ਵੀ ਸੀ, ਟੰਡਾ ਜੀ ਵੀ ਬੋਲ ਕੇ ਗਏ ਨੇ, ਬਹੁਤ ਸਾਰੇ ਸਾਥੀ ਉੱਥੇ ਜੋ ਕਿ ਇੱਥੋਂ ਦੇ ਜੰਮਪਲ ਨੇ ਜਿਨ੍ਹਾਂ ਨੇ ਬੰਬੇ ਦੇ ਵਿੱਚ ਬਹੁਤ ਵੱਡੇ ਆਪਣੇ ਕਾਰੋਬਾਰ ਕੀਤੇ ਨੇ। ਜਦੋਂ ਮੈਂ ਗਿਆ ਉੱਥੇ ਇੱਕੋ ਗੱਲ ਇੱਕੋ ਨਾਂ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ। ਸੋ ਬੜੀ ਖੁਸ਼ੀ ਹੋਈ ਸਰਦਾਰ ਜੀ ਕਿ ਜਦੋਂ ਸਾਡੇ ਮੈਂ ਬੂਥ ਲੀਡਰ ਦਾ ਉੱਥੇ ਉੱਚ ਕੋਟੀ ਦੇ ਜਿੱਥੇ ਲੋਕ ਸਨ ਉੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਨਾਂ ਗੂੰਜਦਾ ਸੀ। ਸੋ ਮੇਰੇ ਭਰਾਓ ਬਾਜਵਾ ਪਰਿਵਾਰ ਦਾ ਜਿੱਥੇ ਆਪਣੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਪਹਿਚਾਣ ਹੈ। ਸੋ ਅੱਜ ਸਾਡੇ ਵਿੱਚ ਬਿਰਾਜਮਾਨ ਨੇ ਕਮਾਣਾ ਦੇ ਖਾਸ ਤੌਰ ਲਾਗੇ ਪਿੰਡਾਂ ਦੇ, ਮੈਂ ਆਪਣੇ ਭੈਣ ਭਰਾਵਾਂ ਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਉਹ ਦਿਨ ਦੂਰ ਨਹੀਂ ਕਿ ਜਿੱਦਣ ਪੰਜਾਬ ਦੀ ਵਾਗਡੋਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥ 'ਚ ਹੋਣੀ। ਸੋ ਅਸੀਂ ਅੱਜ ਇਸ ਪੁੱਜਤਲ ਸਥਾਨ ਤੇ ਅਰਦਾਸ ਕਰੀਏ, ਉਸ ਬਾਬਾ ਨਾਮਦੇਵ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਬਾਬਾ ਜੈਮਲ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਬਾਬਾ ਫਿਰਨੇ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਪਰਮਾਤਮਾ ਸਾਡੀ ਇਹ ਜਿਹੜੀ ਮੰਗ ਆ, ਸਾਡੀ ਜਿਹੜੀ ਅਰਦਾਸ ਆ, ਇਹ ਸਾਡੀ ਅਰਦਾਸ ਪੂਰੀ ਹੋ ਜਾਏ ਤੇ ਆਉਣ ਵਾਲੇ ਚੰਦ ਮਹੀਨਿਆਂ 'ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ 'ਚ ਵਿੱਚ ਅਸੀਂ ਉਹਨਾਂ ਨੂੰ ਸਵੀਕਾਰ ਕਰੀਏ।